ਪੁਲਿਸ ਦੀ ਹਾਜ਼ਰੀ ਵਿਚ ਹੀ ਕੈਦੀ ਦਾ ਫਰਾਰ ਹੋ ਜਾਣਾ ਕਿੰਨਾ ਕੁ ਜਾਇਜ਼ ਹੈ। ਇਸ ਘਟਨਾ ਤੋਂ ਬਾਅਦ ਹੁਣ ਪੰਜਾਬ ਪੁਲਿਸ ਤੇ ਸੁਰੱਖਿਆ ਪ੍ਰਬੰਧਾਂ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ। ਇਹ ਵੀਡੀਓਜ਼ ਮੋਨਕ ਦੀਆਂ ਨੇ ਜਿੱਥੇ ਕਿ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਵਿਚ ਸਫਲ ਹੋ ਗਿਆ। ਦਰਅਸਲ ਬਠਿੰਡਾ ਪੁਲਿਸ ਕੈਦੀ ਦੀ ਸੰਗਰੂਰ ਦੇ ਮੋਨਕ ਕੋਰਟ ਵਿਚ ਪੇਸ਼ੀ ਪਵਾ ਕੇ ਵਾਪਿਸ ਆ ਰਹੀ ਸੀ ਤੇ ਜਦੋਂ ਪੁਲਿਸ ਪਾਰਟੀ ਉਸ ਨੂੰ ਵਾਪਿਸ ਲੈ ਕੇ ਜਾ ਰਹੀ ਸੀ ਤਾਂ ਕੈਦੀ ਨੇ ਉਲਟੀ ਕਰਨ ਦਾ ਬਹਾਨਾ ਲਗਾਇਆ। ਜਦੋਂ ਪੁਲਿਸ ਪਾਰਟੀ ਨੇ ਉਹਨੂੰ ਗੱਡੀ ਤੋਂ ਬਾਹਰ ਕੱਢਿਆ ਤਾਂ ਇੰਨੇ ਨੂੰ ਕੈਦੀ ਦੇ ਸਾਥੀ ਆਉਂਦੇ ਨੇ ਤੇ ਪੁਲਿਸ ਤੇ ਫਾਇਰਿੰਗ ਕਰ ਦਿੰਦੇ ਨੇ ਤੇ ਜਦੋਂ ਪੁਲਿਸ ਮੁਲਾਜ਼ਮ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਮੁਲਾਜ਼ਮ ਤੇ ਫਾਇਰਿੰਗ ਕਰ ਭੱਜਣ ਵਿਚ ਕਾਮਯਾਬ ਹੋ ਜਾਂਦੇ ਨੇ। ਉਹਨਾਂ ਦੇ ਕਹਿਣਾ ਇੱਕ ਸਾਡੇ ਕੋਲ ਆਇਆ ਸੀ ਚਰਨਜੀਤ ਸਿੰਘ ਹੈੱਡ ਕਾਂਸਟੇਬਲ, ਉਹਨਾਂ ਦੇ ਮੁਤਾਬਕ ਉਹਨਾਂ ਦੇ ਕੋਰਟ 'ਚ ਪੇਸ਼ੀ ਲਈ ਆਏ ਸੀ ਕਿਸੇ ਪੇਸ਼ੈਂਟ ਨੂੰ ਲੈ ਕੇ, ਕੈਦੀ ਨੂੰ ਲੈ ਕੇ। ਉਹਨਾਂ ਮੁਤਾਬਕ ਉਹਨਾਂ 'ਤੇ ਅਟੈਕ ਕੀਤਾ ਗਿਆ ਗੋਲੀ ਨਾਲ ਅਤੇ ਸਾਡੇ ਕੋਲ ਵੇਲੇ ਦੇ ਆਏ ਸੀ ਪੇਸ਼ੈਂਟ ਅਤੇ ਅਸੀਂ ਇਹਨੂੰ ਰੈਫਰ ਕੀਤਾ ਉਹਨਾਂ ਦੇ ਕਹਿਣ ਦੇ ਮੁਤਾਬਕ ਬਠਿੰਡੇ ਰੈਫਰ ਕੀਤਾ ਜੀ। ਕਿੰਨਾ ਕੁ ਇੰਜਰਡ ਸੀ ਜੀ? ਉਹਨਾਂ ਜ਼ਖਮ ਸੀਗੇ ਜੀ, ਗੋਲੀ ਹੋ ਸਕਦੀ ਹੈ ਉਹ, ਲੇਕਿਨ ਐਕਸਰੇ ਵਗੈਰਾ ਅਸੀਂ ਰੈਫਰ ਕਰਤਾ। ਚਰਨਜੀਤ ਸਿੰਘ ਹੌਲ ਸਰ, ਜੋ ਅੱਜ ਜੋ ਜਿਸ ਨੂੰ ਪੇਸ਼ ਕਰ ਲਈ ਸੀ, ਕਿਸ ਤਰੀਕੇ ਨਾਲ ਕਿਸ ਤਰ੍ਹਾਂ ਭੱਜਿਆ ਜੀ? ਉਹ ਪੇਸ਼ੀ ਪਵਾ ਕੇ ਅਸੀਂ ਵਾਪਸ ਆ ਰਹੇ ਸੀ ਜੀ, ਗੇਟ 'ਤੇ ਆਏ ਸੀ, ਕਹਿੰਦਾ ਮੈਨੂੰ ਉਲਟੀ ਆਉਂਦੀ ਹੈ। ਉਲਟੀ ਆ ਕੇ ਤਾਕੀ ਖੋਲ੍ਹੀ, ਹੁਣ ਬਾਹਰ ਬੰਦੇ ਖੜ੍ਹੇ ਸੀ ਗੇਟ 'ਤੇ ਬਰੀਜਾ ਗੱਡੀ 'ਤੇ, ਉਹ ਭੱਜ ਗਿਆ, ਉੱਤਰ ਕੇ ਭੱਜ ਗਿਆ। ਜਦੋਂ ਮੈਂ ਮਗਰ ਭੱਜਣ ਲੱਗਿਆ ਮੇਰੇ ਪੈਰ ਪੱਟ 'ਤੇ ਫੈਰ ਮਾਰਿਆ ਉਹਨੇ। ਅਤੇ ਸਰ ਕਿੰਨੇ ਬੰਦੇ ਸੀ ਜਿਹੜੇ ਛੁੜਾ ਕੇ ਲੈ ਗਏ ਸੀ? ਉਹ 8-10-12 ਬੰਦੇ ਸੀਗੇ ਜੀ। ਸਰ ਕਿੱਥੋਂ ਲੈ ਗਏ ਸੀ ਇਹਨੂੰ ਤੁਸੀਂ ਪੇਸ਼ ਕਰਨ? ਅਸੀਂ ਬਠਿੰਡੇ ਤੋਂ ਪੇਸ਼ ਕਰ ਲਏ ਸੀਗੇ। ਸਰ ਕੀ ਨਾਮ ਹੈ ਜੀ? ਉਸ ਚੀਜ਼ ਦੇ ਬਾਰੇ ਥਾਣੇਦਾਰ ਸਾਹਿਬ ਨੂੰ ਪਤਾ ਜੀ, ਵਾਰੰਟ 'ਤੇ ਲਿਖਿਆ ਹੋਇਆ ਨਾਂ ਜੀ। ਅਤੇ ਸਰ ਹੁਣ ਤੱਕ ਪਤਾ ਲੱਗੇ ਵੀ ਕਿੱਧਰ ਕੁਛ ਪਤਾ ਨਹੀਂ ਜੀ, ਲੈ ਕੇ ਭੱਜ ਗਏ ਜੀ। ਮੈਂ ਆ ਕੇ ਦਾਖਲ ਹੋਇਆ ਇੱਥੇ ਹਸਪਤਾਲ ਦੇ ਵਿੱਚ, ਮੇਰੇ ਪੱਟ ਦੇ ਵਿੱਚ ਪੈਰ ਵੱਜਿਆ ਹੋਇਆ। ਸਰ ਪੇਸ਼ ਕਰਨ ਲਈ ਕਿੰਨੇ ਜਣੇ ਲੈ ਗਏ ਤੁਸੀਂ? ਕਿੰਨੇ ਸੀ? ਅਸੀਂ 3 ਮੁਲਾਜ਼ਮ ਸੀਗੇ ਜੀ। ਸਰ ਕੀ ਨਾਮ ਤੁਹਾਡਾ? ਇਹ ਅਸੀਂ ਮੇਜਰ ਸਿੰਘ, ਥਾਣਾ ਮੂਨਕ। ਸਰ ਜਿਹੜਾ ਇਹ ਦੋਸ਼ੀ ਫਰਾਰ ਹੈ, ਕਿੱਦਾਂ ਫਰਾਰ ਹੋ ਗਿਆ? ਇਹ ਬਠਿੰਡਾ ਪੁਲਿਸ ਇਹਨੂੰ ਪੇਸ਼ੀ 'ਤੇ ਲੈ ਕੇ ਆਈ ਸੀਗੀ ਮੂਨਕ ਕੋਰਟ ਦੇ ਵਿੱਚ, ਅਤੇ ਇਸਦਾ ਨਾਂ ਭਗਵਾਨ ਸਿੰਘ ਲਿਸ ਗੱਗੀ, ਸਨਬ ਜਸਵੀਰ ਸਿੰਘ ਵਾਸੀ ਲਦਾਲ। ਜਦੋਂ ਇਹਨੂੰ ਪੁਲਿਸ ਪਾਰਟੀ ਪੇਸ਼ੀ ਤੋਂ ਬਾਅਦ ਵਾਪਸ ਲਿਜਾਣ ਲੱਗੀ ਤਾਂ ਜਦੋਂ ਮੇਨ ਰੋਡ 'ਤੇ ਚੜ੍ਹਨ ਲੱਗੇ ਕੋਰਟ ਦੇ ਸਾਹਮਣੇ ਮੂਹਰੋਂ, ਅਤੇ ਉੱਥੇ ਇਹ ਦੋਸ਼ੀ ਕਹਿੰਦਾ ਵੀ ਮੈਨੂੰ ਉਲਟੀ ਆਈ, ਅਤੇ ਉਲਟੀ ਜਦੋਂ ਕਰਾਉਣ ਲੱਗੇ ਉਹ ਇੱਕ ਬ੍ਰਿਜਾ ਗੱਡੀ ਆਈ ਜਿਨ੍ਹਾਂ ਨੇ ਇੱਕ ਮੁਲਾਜ਼ਮ ਦੇ ਫਾਇਰ ਮਾਰਿਆ ਪੱਟ 'ਚ, ਅਤੇ ਉਹਨੂੰ ਨਾਲ ਲੈ ਕੇ ਫਰਾਰ ਹੋ ਗਏ। ਇਸ ਗੱਡੀ ਵਿੱਚ 5-6 ਨੌਜਵਾਨ ਸਵਾਰ ਸਨ। ਹੁਣ ਤਫਤੀਸ਼ ਜਾਰੀ ਆ, ਜੋ ਕਾਰਵਾਈ ਹੋਊਗੀ ਅਮਲ 'ਚ ਲੈਂਦੀ ਜਾਊਗੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਦੋਸ਼ੀਆਂ ਦੀ ਭਾਲ ਜਾਰੀ ਹੈ ਤੇ ਬਣਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਰੰਗਲਾ ਟੀਵੀ ਲਈ ਸੰਗਰੂਰ ਤੋਂ ਹਰਕੰਵਲ ਸਿੰਘ ਦੀ ਰਿਪੋਰਟ।